ਸਤਿ ਸ਼੍ਰੀ ਅਕਾਲ, ਮੈਂ ਪੁਨੀਤ ਕੌਰ 30 ਮਿੰਟ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ। ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਖਾਸ ਪ੍ਰੋਗਰਾਮਾਂ ਦੀਆਂ ਖਾਸ ਝਲਕੀਆਂ ਤੇ। ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿੱਚ ਮਨਾਇਆ ਗਿਆ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ। ਸੈਂਟਰ ਵੈਲੀ ਕੈਲੀਫੋਰਨੀਆ ਦੇ ਸ਼ਹਿਰ ਸਨ ਵਾਕਿਨ ਦੇ ਸਟੇਡੀਅਮ ਵਿੱਚ 2 ਦਿਨਾਂ ਟੂਰਨਾਮੈਂਟ ਕਰਵਾਇਆ ਗਿਆ। ਓਕਰੇ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਵੇਲੇ ਵਾਰਦਾ ਦੀ ਥਾਂ ਪੁੱਜਣ ਵਾਲੇ ਬ੍ਰਾਇਨ ਮਰਫੀ ਦਾ ਪੰਜਾਬੀ ਅਮੈਰੀਕਨ ਹੈਰੀਟੇਜ ਸੋਸਾਇਟੀ ਵੱਲੋਂ ਕੀਤਾ ਗਿਆ ਸਨਮਾਨ। ਤੇ ਪ੍ਰੋਗਰਾਮ ਵਿਸਥਾਰ ਨਾਲ ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਪੂਰੀ ਦੁਨੀਆ ਵਿੱਚ ਬੜੀ ਹੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਸੇ ਸੰਬੰਧ ਵਿੱਚ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਵਿੱਚ ਖਾਸ ਧਾਰਮਿਕ ਪ੍ਰੋਗਰਾਮ ਉਲੀਕੇ ਗਏ। ਸਿੱਖਾਂ ਦੇ 5ਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੀ ਆਣ ਬਾਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ 16 ਜੂਨ 1606 ਈਸਵੀ ਨੂੰ ਸ਼ਹਾਦਤ ਦਾ ਜਾਮ ਪੀਤਾ ਤੇ ਸਿੱਖ ਧਰਮ ਦੀ ਰੱਖਿਆ ਲਈ ਆਪਾ ਵਾਰ ਦਿੱਤਾ। ਉਹਨਾਂ ਦਾ ਸ਼ਹੀਦੀ ਦਿਹਾੜਾ ਦੁਨੀਆ ਭਰ ਦੇ ਵਿੱਚ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਵਸ ਨੂੰ ਮੁੱਖ ਰੱਖਦਿਆਂ ਹੋਇਆ ਵਿਸ਼ੇਸ਼ ਧਾਰਮਿਕ ਪ੍ਰੋਗਰਾਮ ਉਲੀਕੇ ਗਏ, ਜਿਸ ਵਿੱਚ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਉਹਨਾਂ ਵੱਲੋਂ ਦਿੱਤੇ ਸੰਦੇਸ਼ ਤੇ ਚੱਲਣ ਲਈ ਪ੍ਰਣ ਵੀ ਕੀਤਾ। ਧਾਰਮਿਕ ਪ੍ਰੋਗਰਾਮਾਂ ਦੇ ਨਾਲ ਨਾਲ ਸੰਗਤਾਂ ਵਾਸਤੇ ਖਾਣ ਪੀਣ ਦੇ ਸਟਾਲ ਵੀ ਲਗਾਏ ਗਏ, ਠੰਡੇ ਮਿੱਠੇ ਪਾਣੀ ਦੀ ਛਬੀਲ ਵੀ ਲਗਾਏ ਗਏ ਅਤੇ ਨਾਲ ਹੀ ਧਾਰਮਿਕ ਪੁਸਤਕਾਂ ਅਤੇ ਸਿੱਖੀ ਦੇ ਕਕਾਰਾਂ ਦੀਆਂ ਸਟਾਲਾਂ ਵੀ ਲਗਾਈਆਂ ਗਈਆਂ ਤਾਂ ਜੋ ਆਉਣ ਵਾਲੀ ਨਵੀਂ ਜਨਰੇਸ਼ਨ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ। ਗੁਰਦੁਆਰਾ ਕਮੇਟੀ ਦੇ ਕੁਝ ਅਹੁਦੇਦਾਰਾਂ ਨੇ ਗਲੋਬਲ ਪੰਜਾਬ ਟੀਵੀ ਰਾਹੀਂ ਸੰਗਤਾਂ ਨੂੰ ਹੋਏ ਪ੍ਰੋਗਰਾਮ ਦੀ ਜਾਣਕਾਰੀ ਦਿੱਤੀ ਔਰ ਗੁਰੂ ਅਰਜਨ ਦੇਵ ਜੀ ਨੇ ਜੋ ਸਿੱਖੀ ਬਰਕਰਾਰ ਰੱਖਣ ਵਾਸਤੇ ਸ਼ਹੀਦੀ ਪ੍ਰਾਪਤ ਕੀਤੀ ਅਤੇ ਉਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤਾਂ ਨੂੰ ਸਿੱਖੀ ਦੇ ਨਾਲ ਜੁੜੋ, ਜੋ ਕਿ ਛੋਟੇ ਬੱਚੇ ਹਨ ਗੁਰੂ ਘਰ ਦੇ, ਦੇਖੋ ਕਿੰਨੇ ਵੱਡੇ ਪੱਧਰ 'ਤੇ ਇੱਥੇ ਜੁੜ ਗਏ ਹਨ ਔਰ ਸਾਰੇ ਸੰਸਾਰ ਦੇ ਵਿੱਚ ਇਹੀ ਬੇਨਤੀ ਦਾਸ ਕਰਦਾ ਹੈ ਕਿ ਸਾਰੇ ਹੀ ਸਿੱਖੀ ਨੂੰ ਬਚਾਉਣ ਵਾਸਤੇ ਸਾਰੇ ਹੀ ਉਪਰਾਲੇ ਕਰੋ। ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਦੀ ਸਾਧ ਸੰਗਤ ਵੱਲੋਂ ਧੰਨ ਧੰਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਜੋ ਸਾਡੇ ਗੁਰੂ ਸਾਹਿਬਾਨ ਪੂਰਨੇ ਪਾ ਗਏ ਹਨ, ਸਾਨੂੰ ਸਿੱਖ ਜਗਤ ਨੂੰ ਉਸ 'ਤੇ ਚੱਲਣ ਦੀ ਲੋੜ ਹੈ। ਅਸੀਂ ਬਹੁਤ ਪਿੱਛੇ ਹਟਦੇ ਜਾ ਰਹੇ ਹਾਂ, ਇਸ ਕਰਕੇ ਆਓ ਸਾਰੇ ਹੀ ਜੋ ਸਾਡੇ ਗੁਰੂ ਸਾਹਿਬ ਪੂਰਨੇ ਪਾ ਗਏ ਹਨ ਉਹਨਾਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਆਪਣੇ ਗੁਰੂਆਂ ਦੇ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਮਨਾਉਣੇ ਇੱਕ ਬਹੁਤ ਚੰਗਾ ਉਪਰਾਲਾ ਹੈ। ਇਸ ਤਹਿਤ ਬੱਚਿਆਂ ਵਿੱਚ ਸਿੱਖੀ ਭਾਵਨਾ ਹੋਰ ਪ੍ਰਫੁੱਲਿਤ ਹੋਵੇਗੀ ਅਤੇ ਉਹਨਾਂ ਦੇ ਵਿੱਚ ਵੀ ਸਿੱਖੀ ਨੂੰ ਬਰਕਰਾਰ ਰੱਖਣ ਦਾ ਜਜ਼ਬਾ ਹੋਰ ਪੱਕੀਰਾ ਹੋਵੇਗਾ। ਨਿਊਯਾਰਕ ਤੋਂ ਗਿਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਹਿੰਦੁਸਤਾਨ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਲੁਧਿਆਣਾ ਵਿਖੇ 85 ਸਾਲਾ ਬਾਪੂ ਸੂਰਤ ਸਿੰਘ ਖਾਲਸਾ ਵੱਲੋਂ ਲਗਾਤਾਰ ਭੁੱਖ ਹੜਤਾਲ ਜਾਰੀ ਹੈ। ਬਾਹਰ ਬੈਠੇ ਪੰਜਾਬੀਆਂ ਵੱਲੋਂ ਵੀ ਉਹਨਾਂ ਨੂੰ ਪੂਰਾ ਸਮਰਥਨ ਦਿੱਤਾ ਜਾ ਰਿਹਾ ਹੈ। ਭੁੱਖ ਹੜਤਾਲ ਦੇ ਹੱਕ ਵਿੱਚ ਸੈਕਰਾਮੈਂਟੋ ਦੇ ਸਟੇਟ ਕੈਪੀਟਲ ਦੇ ਵਿੱਚ ਇੱਕ ਰੈਲੀ ਕਰਵਾਈ ਗਈ, ਜਿਸ ਵਿੱਚ ਪੰਜਾਬੀਆਂ ਤੋਂ ਇਲਾਵਾ ਵੱਖੋ ਵੱਖਰੇ ਧਰਮਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਅਤੇ ਉਹਨਾਂ ਨੇ ਬਾਪੂ ਸੂਰਤ ਸਿੰਘ ਖਾਲਸਾ ਦੇ ਇਸ ਸੰਘਰਸ਼ ਦੇ ਵਿੱਚ ਆਪਣਾ ਸਹਿਯੋਗ ਦੇਣ ਬਾਰੇ ਕਿਹਾ। ਇਸ ਮੌਕੇ ਉੱਤੇ ਬਾਪੂ ਸੂਰਤ ਸਿੰਘ ਖਾਲਸਾ ਦੀ ਬੇਟੀ ਮਨਦੀਪ ਕੌਰ ਨੇ ਲੋਕਾਂ ਨੂੰ ਬਾਪੂ ਦੀ ਤਾਜ਼ਾ ਸਿਹਤ ਤੋਂ ਜਾਣੂ ਕਰਵਾਇਆ ਅਤੇ ਅਪੀਲ ਦੇ ਵਿੱਚ ਕਿਹਾ ਕਿ ਬਾਪੂ ਦੇ ਇਸ ਸੰਘਰਸ਼ ਦੇ ਵਿੱਚ ਆਪਣੀ ਆਵਾਜ਼ ਬੁਲੰਦ ਕਰੋ। ਬਾਪੂ ਜੀ ਦੀ ਸਿਹਤ ਹੈ ਜਿਹੜੀ ਉਹ ਬਹੁਤ ਕਮਜ਼ੋਰ ਹੋ ਚੁੱਕੇ ਨੇ, ਹੁਣ ਕਾਫੀ ਜ਼ਿਆਦਾ ਉਹ ਕੱਲ੍ਹ 5 ਤੋਂ 7 ਘੰਟੇ ਲਈ ਬੇਸੁਰਤ ਵੀ ਰਹੇ ਨੇ। ਸੋ ਜਿਹੜੀਆਂ ਵੀ ਸੰਗਤਾਂ ਪੰਜਾਬ 'ਚ ਨੇ, ਲੁਧਿਆਣੇ ਦੇ ਨੇੜੇ ਨੇ, ਜਾਂ ਆਪਣੇ ਕੋਈ ਵੀ ਆਪਣੇ ਜਿਹੜੇ ਸਾਰੇ ਵੀਰ ਭੈਣਾਂ ਮੇਰੇ ਨਾਲ ਵੀ ਖੜ੍ਹੇ ਨੇ, ਉਹਨਾਂ ਨੂੰ ਵੀ ਇਹੋ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਰਿਆਂ ਨੂੰ ਕਾਲਾਂ ਕਰੋ, ਆਪਣੇ ਰਿਸ਼ਤੇਦਾਰਾਂ ਨੂੰ ਕਹੋ ਕਿ ਇੱਕ ਵਾਰ ਜਾ ਕੇ ਬਾਪੂ ਜੀ ਨੂੰ ਮਿਲ ਕੇ ਜ਼ਰੂਰ ਆਉਣ। ਸਾਡੀ ਕੌਮ ਇੱਕ ਵਹਾਅ ਵੱਲ ਤੁਰ ਰਹੀ ਹੈ, ਇੱਕ ਵੱਖਰਾ ਵਹਾਅ ਆ ਜੋ ਸਾਡੀ ਕੌਮ ਨੂੰ ਦਿੱਤਾ ਹੈ ਬਾਪੂ ਸੂਰਤ ਸਿੰਘ ਖਾਲਸਾ ਜੀ ਉਹਨਾਂ ਨੇ। ਤੁਸੀਂ ਸਾਰਿਆਂ ਨੇ ਆ ਕੇ ਉਸ ਵਹਾਅ ਨੂੰ ਇੱਕ ਹੋਰ ਧੱਕਾ ਲਾਇਆ ਹੈ ਅਤੇ ਸਾਨੂੰ ਦੇਖ ਕੇ ਮੈਂ ਮੰਨਦਾ ਪੰਜਾਬ ਦੇ ਲੋਕ ਹੋਰ ਦੂਸਰੇ ਕੰਟਰੀਆਂ ਦੇ ਵਿੱਚ ਇਹੋ ਜਿਹਾ ਇਕੱਠ ਹੋਣਗੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਿੱਖ ਕੌਮ ਜਿਸ ਨੂੰ ਇਸ ਨੂੰ ਦੂਸਰਾ ਧਰਮ ਯੁੱਧ ਮੋਰਚੇ ਦਾ ਨਾਂ ਦਿੱਤਾ ਹੈ ਬਾਪੂ ਸੂਰਤ ਸਿੰਘ ਹੋਣੀ ਅਤੇ ਉਹਨਾਂ ਦੇ ਨਾਲ ਦੇ ਜੋ ਉਹਨਾਂ ਦੇ ਸਾਥੀ ਨੇ ਉੱਥੇ ਜੋ ਮੋਰਚੇ 'ਤੇ ਉਹਨਾਂ ਦੇ ਨਾਲ ਬੈਠੇ ਨੇ। ਯਾਦ ਰਹੇ ਕਿ ਬਾਪੂ ਸੂਰਤ ਸਿੰਘ ਜਗਰਾਓ ਦੇ ਨੇੜੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਨੇ। ਉਹਨਾਂ ਦਾ ਇੱਕ ਬੇਟਾ ਰਵਿੰਦਰਜੀਤ ਸਿੰਘ ਗੋਗੀ ਤੇ 6 ਬੇਟੀਆਂ ਨੇ। ਸੈਕਰਾਮੈਂਟੋ ਤੋਂ ਜਗਦੀਪ ਸਿੰਘ ਪੰਡਾਲ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਸੈਂਟਰਲ ਵੈਲੀ ਕੈਲੀਫੋਰਨੀਆ ਦੇ ਸ਼ਹਿਰ ਸਨ ਵਾਕਿਨ ਦੇ ਸਟੇਡੀਅਮ ਵਿੱਚ ਗੁਰੂ ਨਾਨਕ ਸਪੋਰਟਸ ਕਲੱਬ ਸ਼ਹਿਰ ਕਰਮਨ ਅਤੇ ਸਨ ਵਾਕਿਨ ਵੱਲੋਂ
ਫੈਮਿਲੀ ਪਿਕਨਿਕ ਅਤੇ ਦੋ ਦਿਨਾਂ ਟੂਰਨਾਮੈਂਟ ਕਰਵਾਇਆ ਗਿਆ। ਵਿਸਾਖੀ ਟੂਰਨਾਮੈਂਟ ਦੇ ਵਿੱਚ ਵੱਖ ਵੱਖ ਉਮਰ ਅਤੇ ਓਪਨ ਕਬੱਡੀ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਵਾਲੀਬਾਲ, ਬਾਸਕਟਬਾਲ, ਸ਼ੌਕਰ, ਭਾਰ ਚੁੱਕਣਾ ਅਤੇ ਰੱਸਾ ਕਸੀਜ ਦੇ ਮੁਕਾਬਲੇ ਕਰਵਾਏ ਗਏ। ਇਸ ਦੌਰਾਨ ਬਾਕੀ ਖੇਡਾਂ ਤੋਂ ਇਲਾਵਾ ਕਬੱਡੀ ਦੇ ਮੈਚ, ਜੋ ਕਿ ਕੈਲੀਫੋਰਨੀਆ ਕਬੱਡੀ ਫੈਡਰੇਸ਼ਨ ਦੇ ਬਣਾਏ ਨਿਯਮਾਂ ਮੁਤਾਬਿਕ ਕਰਵਾਏ ਗਏ। ਇਸ ਸਮੇਂ ਦਿਲਦਾਰ ਮਿਊਜ਼ੀਕਲ ਗਰੁੱਪ ਕੈਲੀਫੋਰਨੀਆ ਵੱਲੋਂ ਆਪਣੀ ਗਾਇਕੀ ਰਾਹੀਂ ਹਾਜ਼ਰੀਨ ਦਾ ਮਨੋਰੰਜਨ ਵੀ ਕੀਤਾ ਗਿਆ। ਕਬੱਡੀ ਟੂਰਨਾਮੈਂਟ ਦੇ ਦੌਰਾਨ ਸਟੇਜ ਸੰਚਾਲਨ ਦੀ ਭੂਮਿਕਾ ਬਾਖੂਬੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਬੀਬੀ ਆਸ਼ਾ ਸ਼ਰਮਾ ਨੇ ਕੀਤੀ। ਕਿਉਂ ਤੁਰ ਗਿਆ ਦੇਸ਼ ਬੇਗਾਨੇ ਤੋਂ, ਹੁਣ ਮੁੜਿਆ ਕਿਸੇ ਬਹਾਨੇ ਤੋਂ, ਭੁੱਲ ਜਾਵੀ ਨਾ ਇਸ ਮਿੱਟੀ ਨੂੰ, ਇਹਦੀ ਦਿੱਤੀ ਲੋਰੀ ਮਿੱਠੀ ਨੂੰ। ਵੱਲੋਂ ਜੇਤੂ ਟੀਮਾਂ ਨੂੰ ਦਿਲਕਸ਼ ਇਨਾਮ ਅਤੇ ਸਨਮਾਨ ਦੇਣ ਤੋਂ ਇਲਾਵਾ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਪ੍ਰਬੰਧਕਾਂ ਅਤੇ ਹੋਰ ਹਾਜ਼ਰ ਦਰਸ਼ਕਾਂ ਦੇ ਨਾਲ ਗਲੋਬਲ ਪੰਜਾਬ ਟੀਵੀ ਵੱਲੋਂ ਗੱਲਬਾਤ ਕੀਤੀ ਗਈ, ਜਿਸ ਦੌਰਾਨ ਕਲੱਬ ਦੇ ਮੁੱਖ ਪ੍ਰਬੰਧਕ ਗੁਰਵਿੰਦਰ ਧਾਲੀਵਾਲ ਨੇ ਕਲੱਬ ਦੇ ਬਾਰੇ ਜਾਣਕਾਰੀ ਦਿੱਤੀ। ਹਰ ਸਾਲ ਅਸੀਂ ਇਹ ਟੂਰਨਾਮੈਂਟ ਕਰਵਾਉਂਦੇ ਹਾਂ, ਇਲਾਕੇ ਦੀ ਸੰਗਤ ਵੱਧ ਚੜ ਕੇ ਵੇਖਣ ਆਉਂਦੀ ਹੈ। ਸਾਨੂੰ ਬੜੀ ਖੁਸ਼ੀ ਹੈ ਅਤੇ ਸਾਨੂੰ ਉਹ ਪੂਰੀ ਮਨੀ ਦੀ ਸਹਾਇਤਾ ਵੀ ਕਰਦੀ ਹੈ ਤਾਂ ਜੋ ਅਸੀਂ ਟੂਰਨਾਮੈਂਟ ਕਰਵਾ ਸਕੀਏ। ਇੱਕ ਵਾਰ ਸਾਰੀ ਸੰਗਤੀਆਂ, ਸਾਰੇ ਜਿਹੜੇ ਸਾਡੇ ਦਰਸ਼ਕ ਹੈ, ਉਹਨਾਂ ਨੂੰ ਬਹੁਤ ਬਹੁਤ ਵਧਾਈਆਂ। ਗਲਵਿੰਦਰ ਗੈਰੀ ਢੇਸੀ ਨੇ ਜੇਤੂ ਟੀਮਾਂ ਬਾਰੇ ਦੱਸਦੇ ਹੋਏ ਸਭ ਸਰੋਤਿਆਂ ਦਾ ਧੰਨਵਾਦ ਕੀਤਾ। ਇੱਥੇ ਕੁੱਲ 4 ਟੀਮਾਂ ਏ ਦੀਆਂ ਸੀਗੀਆਂ, 4 ਟੀਮਾਂ ਬੀ ਦੀਆਂ, ਜਿਨ੍ਹਾਂ ਦੇ ਵਿੱਚ ਏ ਟੀਮ ਦੇ ਵਿੱਚ ਕੁੱਲ 22 ਮੁੰਡੇ ਜਿਹੜੇ ਇੰਡੀਆ ਤੋਂ ਆਏ ਹੋ ਸੀਗੇ, ਬਹੁਤ ਦਿਲਕਸ਼ ਮੈਚ ਸੀਗੇ। ਅਤੇ ਜਿਹੜੀ ਜੇਤੂ ਟੀਮ ਆਪਣੀ ਰਹੀ ਆ ਉਹ ਸੈਂਟਰ ਵੈਲੀ ਦੀ ਸੀਗੀ, ਅਤੇ ਜਿਹੜੀ ਸੈਕਿੰਡ 'ਤੇ ਆਈ ਆ ਉਹ ਫ੍ਰਿਜ਼ਨੋ ਦੀ ਸੀਗੀ। ਦਿਲਦਾਰ ਗਰੁੱਪ ਦੇ ਮੈਂਬਰਾਂ ਨੇ ਵੀ ਇਸ ਸ਼ਹਿਰ ਤੋਂ ਆਪਣੀ ਗਾਇਕੀ ਅਤੇ ਕਬੱਡੀ ਸ਼ੁਰੂ ਕਰਨ ਦੇ ਮਾਣ ਨੂੰ ਜਿਤਾਇਆ। ਅਸੀਂ ਹਜੇ ਵੀ ਆਪਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਹਾਂ, ਬਹੁਤ ਚੰਗੇ ਚੰਗੇ ਗੀਤ ਪੇਸ਼ ਕਰ ਰਹੇ ਹਾਂ। ਸੋ ਸਾਡੇ ਗਰੁੱਪ ਜੋ ਸਾਰੇ ਰਾਣੀ, ਕੰਤਾ ਕਾਰਾ, ਪੱਪੂ ਬਰਾੜ, ਜੋ ਅਸੀਂ ਪੰਜਾਂ ਨੇ ਇਸ ਸਿਟੀ ਦੇ ਵਿੱਚ ਗਰੁੱਪ ਸ਼ੁਰੂ ਕੀਤਾ ਸੀ। ਸੋ ਵਾਹਿਗੁਰੂ ਦੀ ਬਹੁਤ ਮਿਹਰ ਆ, ਸਾਡਾ ਗਰੁੱਪ ਅੱਜ ਕੱਲ੍ਹ ਟਾਪ 'ਤੇ ਚੱਲ ਰਿਹਾ। ਫ੍ਰਿਜ਼ਨੋ ਤੋਂ ਕੁਲਵੰਤ ਤੋਂ ਵੀ ਤਾਲੀਆਂ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਮੈਰੀਲੈਂਡ ਯੂਥ ਸਪੋਰਟਸ ਕਲੱਬ ਵੱਲੋਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਵਾਈਟ ਮਾਰਚ ਦੇ ਹਨੀਗੋਡ ਰੀਜਨਲ ਪਾਰਕ ਵਿੱਚ 4 ਅਤੇ 5 ਜੁਲਾਈ ਨੂੰ ਵੱਡੇ ਪੱਧਰ 'ਤੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ। ਯੂਥ ਕਲੱਬ ਵੱਲੋਂ ਏਰੀਏ ਦੇ ਪਤਵੰਤਿਆਂ ਦੀ ਮੀਟਿੰਗ ਦੇ ਦੌਰਾਨ ਖੇਡ ਮੁਕਾਬਲਿਆਂ ਬਾਰੇ ਗੰਭੀਰਤਾ ਦੇ ਨਾਲ ਵਿਚਾਰ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਪੰਜਾਬੀ ਭਾਈਚਾਰੇ ਦੇ ਉੱਘੇ ਬਿਜ਼ਨਸਮੈਨ, ਖੇਡ ਪ੍ਰੇਮੀ, ਰਾਜਨੀਤਿਕ ਪਾਰਟੀਆਂ ਦੇ ਲੀਡਰ, ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦੇ ਅਤੇ ਖੇਡ ਪੱਤਰਕਾਰ ਖਾਸ ਤੌਰ 'ਤੇ ਪਹੁੰਚੇ। ਆਪਣੀ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਇਹਨਾਂ ਮੁਕਾਬਲਿਆਂ ਅਤੇ ਮੇਲਿਆਂ ਦੇ ਮਹੱਤਵ ਨੂੰ ਸਮਝਦਿਆਂ ਇੱਕ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਇਹੋ ਜਿਹੇ ਮੇਲੇ ਹਰ ਸਾਲ ਕਰਵਾਏ ਜਾਣ ਦੇ ਫੈਸਲੇ ਨੂੰ ਨਾ ਸਿਰਫ ਮਨਜ਼ੂਰੀ ਹੀ ਦਿੱਤੀ ਹੈ, ਬਲਕਿ ਉੱਥੇ ਹਾਜ਼ਰ ਮੈਂਬਰਾਂ ਦੇ ਸਹਿਯੋਗ ਦੇ ਨਾਲ $30,000 ਦਾ ਫੰਡ ਵੀ ਇਕੱਠਾ ਕਰ ਦਿੱਤਾ ਹੈ। ਹਾਜ਼ਰ ਮੈਂਬਰਾਂ ਨੇ ਫੰਡਾਂ ਦੀ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਆਉਣ ਦਾ ਭਰੋਸਾ ਦਿੱਤਾ ਹੈ। ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਖੇਡਾਂ ਦੇ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਦੀ ਹੌਸਲਾ ਅਫਜ਼ਾਈ ਲਈ ਨਕਦ ਇਨਾਮ ਅਤੇ ਟਰਾਫੀਆਂ ਦਿੱਤੀਆਂ ਜਾਣਗੀਆਂ। ਇੱਥੋਂ ਦੇ ਪ੍ਰਸਿੱਧ ਪੰਜਾਬੀ ਰੇਡੀਓ ਪੰਜਾਬੀ ਵੇਵਸ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਲੀ ਸ਼ਖਸੀਅਤ ਨੂੰ ਖਾਸ ਤੌਰ 'ਤੇ ਇਨਾਮ ਦੇ ਨਾਲ ਨਿਵਾਜ਼ਿਆ ਜਾਵੇਗਾ। ਵੱਖ ਵੱਖ ਸਟੇਜਾਂ ਤੋਂ ਕ੍ਰਿਕਟ, ਵਾਲੀਬਾਲ, ਫੁੱਟਬਾਲ ਅਤੇ ਕਬੱਡੀ ਦੇ ਮੁਕਾਬਲੇ, ਐਥਲੈਟਿਕਸ, ਰਸ਼ਾਕਸ਼ੀ, ਬੱਚਿਆਂ ਦੀਆਂ ਖੇਡਾਂ ਖਾਸ ਖਿੱਚ ਦਾ ਕੇਂਦਰ ਹੋਣਗੀਆਂ। ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਦੇ ਬੈਠਣ ਲਈ ਖਾਸ ਪ੍ਰਬੰਧ ਕੀਤੇ ਜਾਣਗੇ। ਮੈਰੀਲੈਂਡ ਦੇ ਭਾਈਚਾਰੇ ਵੱਲੋਂ ਖੇਡਾਂ ਪ੍ਰਤੀ ਵਿਖਾਏ ਜਾ ਰਹੇ ਉਤਸ਼ਾਹ ਤੋਂ ਲੱਗਦਾ ਹੈ ਕਿ ਜਲਦੀ ਹੀ ਇਹ ਖੇਡ ਮੁਕਾਬਲੇ ਅਮਰੀਕਾ ਵਿੱਚ ਹੁੰਦੇ ਖੇਡ ਮੇਲਿਆਂ ਜਿਹਾ ਇੱਕ ਮੁਕਾਮ ਹਾਸਲ ਕਰ ਲੈਣਗੇ। ਸਾਰੀ ਬਾਲਟੀਮੋਰ ਸਿੱਖ ਸੁਸਾਇਟੀ ਵੱਲੋਂ ਅਸੀਂ July 4 ਅਤੇ July 5 ਨੂੰ ਗੇਮਾਂ ਕਰਾ ਰਹੇ ਹਾਂ। ਉਹਨਾਂ ਵਿੱਚ ਫੁੱਟਬਾਲ, ਕ੍ਰਿਕਟ, ਵਾਲੀਬਾਲ, ਕਬੱਡੀ, ਨਿਆਣਿਆਂ ਦੀਆਂ ਗੇਮਾਂ, ਰੱਸਾਕਸ਼ੀ ਉਹ ਹੋਣਗੇ। ਅਤੇ ਆਪ ਨੂੰ ਸਭ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ, ਤੁਸੀਂ ਹੁੰਮ ਹੁੰਮ ਆ ਕੇ ਸਾਡੇ ਮੇਲੇ 'ਤੇ ਪਹੁੰਚਣ ਦੀ ਕਿਰਪਾਲਤਾ ਕਰਨੀ। ਅੱਜ ਸਮੁੱਚੀ ਜਿਹੜੀ ਸੰਗਤ ਇੱਥੇ ਇਕੱਠੀ ਹੋਈ ਆ, ਇਹ ਵਧਾਈ ਦੇ ਪਾਤਰ ਨੇ ਸਾਰੇ ਕਿ ਅਸੀਂ ਟੂਰਨਾਮੈਂਟ ਕਰਾਉਣ ਜਾ ਰਹੇ ਹਾਂ। ਅਤੇ ਅਸੀਂ ਇੱਕ ਹੋਰ ਧੰਨਵਾਦ ਮਨਵੀਰ ਸਿੰਘ ਅਤੇ ਮੱਖਣਜੀਤ ਸਿੰਘ ਦਾ ਕਰਦੇ ਹਾਂ। ਇਹਨਾਂ ਨੇ ਉਪਰਾਲਾ 11 'ਚ ਵੀ ਇਹਨਾਂ ਨੇ ਸ਼ੁਰੂ ਕੀਤਾ ਸੀ ਅਤੇ ਐਰਕੀ ਵੀ ਇਹਨਾਂ ਨੇ ਕੀਤਾ। ਅਸੀਂ ਬਾਲਟੀਮੋਰ ਮੈਰੀਲੈਂਡ ਦੇ ਵਿੱਚ ਟੂਰਨਾਮੈਂਟ ਕਰਾ ਰਹੇ ਹਾਂ 4 ਅਤੇ 5 ਜੁਲਾਈ ਨੂੰ। ਸਾਰੇ ਵੀਰਾਂ ਨੂੰ, ਭਰਾਵਾਂ ਨੂੰ ਬੇਨਤੀ ਹੱਥ ਜੋੜ ਕੇ ਵੀ ਸਾਰੇ ਉੱਥੇ ਪਹੁੰਚਣ ਅਤੇ ਸਾਰੇ ਨਾਲ ਹੈਲਪ ਕਰਨ, ਅਤੇ ਜੋ ਕਿ ਟੂਰਨਾਮੈਂਟ ਸਾਡਾ ਕਾਮਯਾਬ ਹੋਵੇ। ਮੈਰੀਲੈਂਡ ਤੋਂ ਸੁਖਪਾਲ ਸਿੰਘ ਧਨੋਆ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਇੱਥੇ ਰੁਕਦੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਦੇਖਦੇ ਰਹੋ 30 ਮਿੰਟ।
ਬ੍ਰੇਕ ਤੋਂ ਬਾਅਦ ਸਵਾਗਤ ਹੈ। ਸਬ ਫਾਊਂਡੇਸ਼ਨ ਆਫ ਅਮੈਰੀਕਾ ਅਤੇ ਕਿਡਸ ਫੈਸਟ ਆਫ ਕਾਕੜ ਦੇ ਸਹਿਯੋਗ ਨਾਲ ਡਾਕਟਰ ਹਰਮੇਸ਼ ਕੁਮਾਰ ਵੱਲੋਂ 12ਵਾਂ ਵਿਸਾਖੀ ਮੇਲਾ ਕੈਲੀਫੋਰਨੀਆ ਦੇ ਸ਼ਹਿਰ ਕਾਕੜ ਵਿੱਚ ਬੱਚੇ ਮਨ ਕੇ ਸੱਚੇ ਸਿਰਲੇਖ ਹੇਠ ਕਰਵਾਇਆ ਜਾ ਰਿਹਾ ਹੈ। ਅਮੈਰੀਕਨਾਂ ਅਤੇ ਪੰਜਾਬੀਆਂ ਵੱਲੋਂ ਸਾਂਝੇ ਰੂਪ ਵਿੱਚ ਪੰਜਾਬੀਆਂ ਦੇ ਵਿਸਾਖੀ ਮੇਲੇ 'ਚ ਵੱਖ ਵੱਖ ਤਰ੍ਹਾਂ ਦੀਆਂ ਸੱਭਿਆਚਾਰਕ ਵੰਨਗੀਆਂ ਦੇ ਨਾਲ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ। ਇਸ ਵਿੱਚ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖਾਂ ਦੀ ਪਹਿਚਾਣ ਅਤੇ ਅਮੈਰੀਕਨਾਂ ਦੇ ਨਾਲ ਮੁਹੱਬਤ ਦਾ ਪੈਗਾਮ ਵੀ ਸਿਰਜਿਆ ਗਿਆ। ਇਸ ਮੌਕੇ 'ਤੇ ਬੋਲਦਿਆਂ ਹੋਇਆਂ ਸਭ ਫੈਡਰੇਸ਼ਨ ਦੇ ਮੁਖੀ ਡਾਕਟਰ ਹਰਮੇਸ਼ ਕੁਮਾਰ ਨੇ ਕਿਹਾ ਕਿ ਪੌਮ ਤਰਕਲੋਸਕਨ ਕੈਲੀਫੋਰਨੀਆ ਸਟੇਟ ਸਕੂਲ ਦੇ ਸੁਪਰਡੈਂਟ ਨੇ ਅਮੈਰੀਕਨ ਬੱਚਿਆਂ ਦੀਆਂ ਸੱਭਿਆਚਾਰਕ ਵੰਨਗੀਆਂ ਪੇਸ਼ ਕਰਵਾ ਕੇ ਵੱਡੀ ਗਿਣਤੀ 'ਚ ਆਏ ਪੰਜਾਬੀਆਂ ਦਾ ਭਰਪੂਰ ਮਨੋਰੰਜਨ ਕਰਨ ਦੇ ਕਾਰਨ ਇਹ ਵਿਸਾਖੀ ਮੇਲਾ ਆਪਣੇ ਆਪ ਦੇ ਵਿੱਚ ਸਫਲ ਹੋਇਆ ਏ। ਉਹਨਾਂ ਹੋਰ ਕਿਹਾ ਕਿ ਉਹ ਭਵਿੱਖ ਦੇ ਵਿੱਚ ਵੀ ਇਹੋ ਜਿਹੇ ਪ੍ਰੋਗਰਾਮ ਉਤਸ਼ਾਹ ਦੇ ਨਾਲ ਕਰਵਾਉਂਦੇ ਰਹਿਣਗੇ। ਹਾਂ ਦੋਸਤੋ, ਇਹ ਸਾਡਾ ਵਿਸਾਖੀ ਦਾ 12ਵਾਂ ਦਿਹਾੜਾ ਜਿਹੜਾ ਆਪਾਂ ਅਮੈਰੀਕਨ ਕਿਡ ਦੇ ਨਾਲ ਮਨਾ ਰਹੇ ਹਾਂ ਸਿਟੀ ਆਫ ਕਾਂਕਰਡ ਦੇ ਵਿੱਚ ਵਿਦ ਕਿਡ ਟੈਸਟ। ਇਹ ਸਾਡਾ ਦਿਸ ਇਜ਼ ਦੀ ਓਨਲੀ ਵੇ ਟੂ ਗੈਟ ਆਰ ਕਮਿਊਨਿਟੀ ਕਨੈਕਟਡ ਵਿਦ ਦੀ ਮੇਨ ਸਟ੍ਰੀਮ ਐਂਡ ਟੀਚ ਦੈਮ ਵਟ ਵੀ ਆਰ ਐਂਡ ਵਟ ਪੰਜਾਬੀ ਕਲਚਰ ਇਜ਼ ਆਲ ਅਬਾਊਟ ਐਂਡ ਵਟ ਇੰਡੀਅਨ ਕਲਚਰ ਇਜ਼ ਆਲ ਅਬਾਊਟ। ਇਸ ਵਿਸਾਖੀ ਮੇਲੇ ਦੀ ਖਾਸੀਅਤ ਇਹ ਸੀ ਕਿ ਗੋਰੇ ਗੋਰੀਆਂ, ਉਹਨਾਂ ਦੇ ਬੱਚੇ ਅਤੇ ਪੰਜਾਬੀ ਪਰਿਵਾਰ ਹੀ ਨਹੀਂ ਆਏ, ਸਗੋਂ ਖਰੀਦੋ ਫਰੋਖਤ ਦੇ ਸਟਾਲ ਵੀ ਜ਼ਿਆਦਾਤਰ ਅਮੈਰੀਕਨਾਂ ਨੇ ਹੀ ਲਗਾਏ ਸੀ। ਜਾਦੂ ਦੇ ਸ਼ੋਅ, ਬੱਚਿਆਂ ਦੀਆਂ ਖੇਡਾਂ ਅਤੇ ਅਮੈਰੀਕਨ ਸਕੂਲਾਂ ਦੇ ਨਿੱਕੇ ਨਿੱਕੇ ਵਿਦਿਆਰਥੀਆਂ ਵੱਲੋਂ ਪਹਿਲੀ ਵਾਰ ਕਿਸੇ ਵਿਸਾਖੀ ਵਰਗੇ ਇਤਿਹਾਸਕ ਮੇਲੇ 'ਤੇ ਰੰਗਾਰੰਗ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸੋਨੀਆ ਚੇੜਾ ਅਤੇ ਜੱਸੀ ਬਣਵੈਤ ਦੀ ਅਗਵਾਈ ਦੇ ਹੇਠ ਪੰਜਾਬਣਾਂ ਦਾ ਪ੍ਰਸਿੱਧ ਲੋਕ ਨਾਚ ਗਿੱਧਾ, ਸਕਿੱਟਾਂ, ਐਕਸ਼ਨ ਸੌਂਗ ਅਤੇ ਸਥਾਨਕ ਗਾਇਕਾਂ ਨੇ ਗੀਤ ਪੇਸ਼ ਕਰਕੇ ਸਰੋਤਿਆਂ ਦਾ ਮਨ ਮੋਲਿਆ। ਕਾਂਗਰਸਮੈਨ ਮਾਰਕ ਡੀ ਸੋਲਨੀਅਰ, ਅਸੈਂਬਲੀ ਵੂਮੈਨ ਸੁਸਾਨਾ ਬੋਨੀਲਾ, ਕਾਕਲਡ ਦੇ ਵਾਈਸ ਸਿਟੀ ਮੇਅਰ ਲੌਰਾ ਆਫ ਮਾਈਸਟਰ ਅਤੇ ਸਿਟੀ ਕੌਂਸਲ ਮੈਂਬਰ ਐਂਡੀ ਵਿਰਸਨ ਨੇ ਆਏ ਹੋਏ ਕਲਾਕਾਰਾਂ ਅਤੇ ਭਾਗ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਭੇਟ ਕੀਤੇ ਅਤੇ ਆਪਣੇ ਵਿਚਾਰ ਵੀ ਰੱਖੇ। We used to be down at Todos Santos, but I like it here because there's a lot more camaraderie and fun, and I was looking at the Ferris wheel. May even have to go take a ride. ਸਮੂਹ ਪੰਜਾਬੀਆਂ ਨੇ ਡਾਕਟਰ ਹਰਮੇਸ਼ ਕੁਮਾਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਹੋਇਆਂ ਪਹਿਲੀ ਵਾਰੀ ਵਿਸਾਖੀ ਮੇਲੇ 'ਚ ਅਮੈਰੀਕਨਾਂ ਦੀ ਮੁਕੰਮਲ ਸਾਂਝ ਦੀ ਰੱਜ ਕੇ ਤਾਰੀਫ ਕੀਤੀ। ਕਾਕੜ ਕੈਲੀਫੋਰਨੀਆ ਤੋਂ ਕੈਮਰਾਮੈਨ ਅਨਮੋਲ ਭੋਰਾ ਦੇ ਨਾਲ ਐਸ ਅਸ਼ੋਕ ਭੋਰਾ, ਗਲੋਬਲ ਪੰਜਾਬ ਟੀਵੀ ਲਈ। ਪੰਜਾਬੀਆਂ ਨੇ ਪੂਰੀ ਦੁਨੀਆ ਵਿੱਚ ਵੱਡੀਆਂ ਮੱਲਾਂ ਮਾਰੀਆਂ ਨੇ। ਹਿਊਸਟਨ ਦੇ ਸ਼ਹਿਰ ਦੇ ਇੱਕ ਨੌਜਵਾਨ ਹਰਕੀਰਤ ਸਿੰਘ ਨੂੰ ਬੀਤੇ ਹਫ਼ਤੇ ਪੁਲਿਸ ਡਿਪਾਰਟਮੈਂਟ ਵੱਲੋਂ ਸੁਪਰਵਾਈਜ਼ਰ ਆਫ਼ ਦ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਿਊਸਟਨ ਸ਼ਹਿਰ ਦੇ ਇੱਕ ਪੰਜਾਬੀ ਨੌਜਵਾਨ ਹਰਕੀਰਤ ਸਿੰਘ, ਜੋ ਕਿ ਇੰਡੀਆ ਤੋਂ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਲਾਂਬੜਾ ਤੋਂ ਪਿਛਲੇ 17 ਸਾਲਾਂ ਤੋਂ ਹਿਊਸਟਨ ਸ਼ਹਿਰ ਦੇ ਵਿੱਚ ਰਹਿ ਰਹੇ ਨੇ, ਜੋ ਕਿ ਪਿਛਲੇ 10-15 ਸਾਲਾਂ ਤੋਂ ਬਤੌਰ ਰਿਕਾਰਡ ਸੁਪਰਵਾਈਜ਼ਰ ਕੰਮ ਕਰ ਰਹੇ ਹਰਕੀਰਤ ਸਿੰਘ ਨੂੰ ਬੀਤੇ ਹਫ਼ਤੇ ਸੁਪਰਵਾਈਜ਼ਰ ਆਫ਼ ਦ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ, ਜਿਸ ਨੂੰ ਹਿਊਸਟਨ ਪੁਲਿਸ ਚੀਫ ਚਾਰਲਸ ਏ ਮੈਕਲਿਓਡ ਨੇ ਹਿਊਸਟਨ ਸੈਰਮਨੀ ਹੋਟਲ ਦੇ ਵਿੱਚ ਸਨਮਾਨਿਤ ਕੀਤਾ। ਇਸ ਪੰਜਾਬੀ ਨੌਜਵਾਨ ਨੇ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਅਤੇ ਹਿਊਸਟਨ ਸ਼ਹਿਰ ਨੂੰ ਇਸ ਨੌਜਵਾਨ 'ਤੇ ਬੜਾ ਮਾਣ ਮਹਿਸੂਸ ਹੋ ਰਿਹਾ ਏ। ਹਰਕੀਰਤ ਸਿੰਘ ਇੱਕ ਸ਼ਾਦੀਸ਼ੁਦਾ ਨੌਜਵਾਨ ਹੈ, ਜਿਸ ਦੀ ਪਤਨੀ ਰਜਿੰਦਰ ਕੌਰ, ਬੱਚੇ ਅਸ਼ਮੀਤ ਸਿੰਘ ਅਤੇ ਸੁਖਮੀਤ ਸਿੰਘ ਇਸ ਉੱਤੇ ਬਹੁਤ ਹੀ ਖੁਸ਼ ਨਜ਼ਰ ਆ ਰਹੇ ਸੀ। ਮੈਨੂੰ ਅਵਾਰਡ ਮਿਲਿਆ, ਮੈਨੂੰ ਬੜੀ ਖੁਸ਼ੀ ਹੋਈ। ਐਕਚੁਲੀ ਕੰਪੀਟੀਸ਼ਨ ਬੜਾ ਟਫ ਸੀ ਅਤੇ ਜਿਸ ਵੇਲੇ ਐਕਚੁਲੀ ਪ੍ਰੋਸੀਜਰ ਬੜਾ ਲੈਂਥੀ ਹੁੰਦਾ। ਇਸ ਵਿੱਚ ਪਹਿਲਾਂ ਪੂਰੇ ਡਿਪਾਰਟਮੈਂਟ ਵਾਈਜ਼ ਤੋਂ ਨੋਮੀਨੇਸ਼ਨ ਆਉਂਦੀਆਂ, ਉਹਨਾਂ ਦੇ ਨੋਮੀਨੇਸ਼ਨ ਵਿੱਚੋਂ 3 ਬੰਦੇ ਸਿਲੈਕਸ਼ਨ ਹੁੰਦੀ ਆ ਅਤੇ ਸਿਲੈਕਸ਼ਨ ਵਿੱਚੋਂ ਫਾਈਨਲ 'ਚ 1 ਬੰਦੇ ਦੀ ਚੁਣਿਆ ਜਾਂਦਾ, ਜਿਸ ਜੋ ਮੈਨੂੰ ਚੁਣਿਆ ਗਿਆ ਅਤੇ ਮੈਂ ਬੜਾ ਖੁਸ਼ ਹਾਂ। ਹਿਊਸਟਨ ਤੋਂ ਜਸਵੰਤ ਸਿੰਘ ਜੱਸੀ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। 5 ਅਗਸਤ 2012 ਨੂੰ ਓਕਰੀ ਗੁਰਦੁਆਰਾ ਸਾਹਿਬ 'ਤੇ ਹੋਏ ਹਮਲੇ ਵੇਲੇ ਬ੍ਰਾਇਨ ਮਰਫੀ ਵਾਰਦਾਤ ਦੀ ਥਾਂ 'ਤੇ ਪੁੱਜਣ ਵਾਲਾ ਪਹਿਲਾ ਪੁਲਿਸ ਅਫਸਰ ਸੀ। ਮਰਫੀ ਵੱਲੋਂ ਓਕਰੀਕ ਦੇ ਨਾਗਰਿਕਾਂ ਦੀ ਰਾਖੀ ਲਈ ਦਿਖਾਏ ਗਏ ਸਾਹਸ ਅਤੇ ਬੇਮਿਸਾਲ ਸੇਵਾ ਬਦਲੇ ਸਿੱਖ ਭਾਈਚਾਰਾ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ। ਨਸਲ ਪ੍ਰਸਤ ਗੋਰੇ ਹਮਲਾਵਰ ਵੋਰਡ ਮਾਈਕਲ ਪੇਜ ਨੇ ਅੰਨੇਵਾਹ ਗੋਲੀਆਂ ਚਲਾਉਂਦੇ ਹੋਏ 6 ਸ਼ਰਧਾਲੂਆਂ ਦੀ ਜਾਨ ਲੈ ਲਈ ਸੀ ਅਤੇ 3 ਨੂੰ ਜ਼ਖਮੀ ਵੀ ਕੀਤਾ ਸੀ। ਬਾਅਦ ਵਿੱਚ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਹਮਲੇ ਵਿੱਚ 52 ਸਾਲਾ ਮਰਫੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਗੁਰਦੁਆਰਾ ਓਕ ਕ੍ਰੀਕ ਵਿੱਚ ਵਾਪਰੇ ਇਸ ਗੋਲੀਕਾਂਡ ਦੇ ਦੌਰਾਨ ਨਿਰਦੋਸ਼ ਸ਼ਰਧਾਲੂਆਂ ਨੂੰ ਬਚਾਉਂਦਿਆਂ ਖੁਦ ਮਰਫੀ ਨੂੰ 15 ਗੋਲੀਆਂ ਲੱਗੀਆਂ ਅਤੇ ਉਹ ਗੰਭੀਰ ਜ਼ਖਮੀ ਹੋਇਆ। ਇਸ ਗੋਲੀਕਾਂਡ ਤੋਂ ਬਾਅਦ ਮਰਫੀ ਦਾ ਪ੍ਰੈਜ਼ੀਡੈਂਟ ਬਰਾਕ ਓਬਾਮਾ ਵੱਲੋਂ 2 ਵਾਰ ਸਨਮਾਨ ਕੀਤਾ ਜਾ ਚੁੱਕਿਆ ਹੈ। ਪਹਿਲੀ ਵਾਰ 2013 ਵਿੱਚ ਸਟੇਟ ਆਫ ਯੂਨੀਅਨ ਸਮੇਂ ਅਤੇ ਫਿਰ ਟੋਪ ਕਾਪ ਐਵਾਰਡ ਦੇ ਨਾਲ।
ਸ਼੍ਰੀ ਮਰਫੀ ਪੁਲਿਸ ਮਹਿਕਮੇ ਤੋਂ ਜੂਨ 2013 ਦੇ ਵਿੱਚ ਰਿਟਾਇਰ ਹੋਏ ਸੀ। ਕੇਸਰੀ ਇੰਟਰਨੈਸ਼ਨਲ ਗੁਰੀ ਕੰਗ ਰਵਿੰਦਰ ਕਾਲੋਂ ਅਤੇ ਇੰਦਰਜੀਤ ਕਲੀ ਰਾਏ ਅਤੇ ਪੰਜਾਬੀ ਅਮੈਰੀਕਨ ਹੈਰੀਟੇਜ ਸੁਸਾਇਟੀ ਵੱਲੋਂ ਸੈਕਰਾਮੈਂਟੋ ਦੇ ਵਿੱਚ ਬਹਾਦਰ ਪੁਲਿਸ ਆਫਿਸਰ ਬ੍ਰਾਇਨ ਮਰਫੀ ਦਾ ਖਾਸ ਤੌਰ 'ਤੇ ਈਡਨ ਗਾਰਡਨ ਇਵੈਂਟ ਐਲਕ ਗਰੋਵ ਦੇ ਵਿੱਚ ਵੱਖ ਵੱਖ ਸੰਸਥਾਵਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ 'ਤੇ ਪੁੱਜੇ ਉੱਚ ਅਦਾਕਾਰੀ ਸਟੇਟ ਸੈਨੇਟਰ ਡਾਕਟਰ ਰਿਚਰਡ ਪੇਨ, ਅਸੈਂਬਲੀ ਮੈਂਬਰ ਜਿਮ ਕੂਪਰ, ਸੈਕਰਾਮੈਂਟੋ ਕਾਉਂਟੀ ਸ਼ੈਰਫ ਚੀਫ ਡਗਲੀ, ਨਾਪਾ ਦੇ ਚੇਅਰਮੈਨ ਤਲਵਿੰਦਰ ਧੂਤ, ਗੁਰਿੰਦਰ ਸੂਰਾਪੁਰੀ, ਗੀਤਕਾਰ ਲੈਟਰੋਪ ਦੇ ਮੇਅਰ ਸੋਨੀ ਧਾਲੀਵਾਲ ਨੇ ਸ਼ਿਰਕਤ ਕੀਤੀ। ਪਰ ਵੱਡੇ ਦੁੱਖ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਹੈ ਕਿ ਬਹਾਦਰ ਪੁਲਿਸ ਆਫਿਸਰ ਬ੍ਰਾਇਨ ਮਰਫੀ ਦੇ ਇਸ ਸਨਮਾਨ ਸਮਾਰੋਹ ਵਿੱਚ ਸੈਕਰਾਮੈਂਟੋ ਜਾਂ ਇਸ ਦੇ ਆਸ ਪਾਸ ਦੇ ਕਿਸੇ ਵੀ ਗੁਰੂ ਘਰ ਅਤੇ ਪੰਜਾਬੀਆਂ ਨੇ ਸ਼ਮੂਲੀਅਤ ਨਹੀਂ ਕੀਤੀ। ਇੱਥੇ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਗੁਰੂ ਘਰ ਵਿੱਚ ਜਾਨਾਂ ਬਚਾਉਣ ਵਾਲੇ ਇਸ ਹੀਰੋ ਦੇ ਸਨਮਾਨ ਸਮਾਗਮ ਦੇ ਵਿੱਚ ਗੁਰੂ ਘਰ ਦੇ ਪ੍ਰਬੰਧਕ ਜਾਂ ਪੰਜਾਬੀ ਕਿਉਂ ਨਹੀਂ ਆਏ? ਕੀ ਸਾਡਾ ਫਰਜ਼ ਨਹੀਂ ਸੀ ਕਿ ਇਸ ਹੀਰੋ ਨੂੰ ਦੋ ਬੋਲ ਧੰਨਵਾਦ ਦੇ ਬੋਲਣ ਆਉਂਦੇ? ਅਖੀਰ ਦੇ ਵਿੱਚ ਇਸ ਪ੍ਰੋਗਰਾਮ ਵਿੱਚ ਆਏ ਦੋਸਤਾਂ ਮਿੱਤਰਾਂ ਦਾ ਗੁਰੀ ਕੰਗ ਰਵਿੰਦਰ ਕਾਲੋਂ, ਇੰਦਰਜੀਤ ਕਲੀ ਰਾਏ ਵੱਲੋਂ ਧੰਨਵਾਦ ਕੀਤਾ ਗਿਆ। ਅੱਜ ਅਸੀਂ ਸਾਰੇ ਇੱਥੇ ਸੈਕਰਾਮੈਂਟੋ ਦੇ ਵਿੱਚ K3 ਵੱਲੋਂ ਜੋ ਲੈਫਟੀਨੈਂਟ ਬ੍ਰਾਇਨ ਮਰਫੀ ਦਾ ਸਵਾਗਤ ਰੱਖਿਆ ਗਿਆ ਸੀ, ਉਸ ਲਈ ਇਕੱਠੇ ਹੋਏ ਹਾਂ। ਅਸੀਂ ਸਾਰੀ ਆਈ ਕਮਿਊਨਿਟੀ ਦਾ ਧੰਨਵਾਦ ਕਰਦੇ ਹਾਂ ਜੋ ਦੂਰੋਂ ਨੇੜਿਓਂ ਚੱਲ ਕੇ ਪਹੁੰਚੇ ਨੇ। Ladies and gentlemen, it's a great honor to be here this evening as we honor a great man and a great hero who put his life on the line to save others. On that fateful morning of August 5th, 2012, Lieutenant Murphy, if you had not intervened, the death toll could have been much, much higher. California to Jagdev Singh Pandal de naal Binderpal, Global Punjab TV. ਪੰਜਾਬੀ ਨੌਜਵਾਨ ਅਤੇ ਸੁਰੀਲੀ ਆਵਾਜ਼ ਦੇ ਧਨੀ ਗਾਇਕ ਕਲੇਰ ਕੰਠ ਨੇ ਸਮੁੱਚੀ ਗਾਇਕੀ ਬਾਰੇ ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਗੁਰੂ ਘਰ ਵਿੱਚ ਕਰਵਾਏ ਗਏ ਵਿਸ਼ੇਸ਼ ਸਨਮਾਨ ਸਮਾਰੋਹ ਵਿੱਚ ਬੋਲਦਿਆਂ ਹੋਇਆਂ ਕਿਹਾ ਕਿ ਉਸਨੇ ਮਿਆਰੀ ਪੰਜਾਬੀ ਗਾਇਕੀ ਦੇ ਨਾਲ ਰਵਿਦਾਸ ਦੇ ਭਜਨ ਗਾ ਕੇ ਵੀ ਜਸ ਖੱਟਿਆ। ਗੁਰੂ ਰਵਿਦਾਸ ਸਭਾ ਦੇ ਚੇਅਰਮੈਨ ਸ਼੍ਰੀ ਫਕੀਰ ਚੰਦ ਮੈਮੀ ਨੇ ਇਸ ਮੌਕੇ ਉੱਤੇ ਬੋਲਦਿਆਂ ਹੋਇਆ ਕਿਹਾ ਕਿ ਕਲੇਰ ਕੰਠ ਨੂੰ ਮਾਣ ਦੇਣਾ ਰਵਿਦਾਸੀਆ ਕੌਮ ਦਾ ਇਖਲਾਕੀ ਫਰਜ਼ ਬਣਦਾ ਏ। ਜਿੱਥੇ ਇਸ ਮੌਕੇ ਉੱਤੇ ਗਾਇਕ ਕਲੇਰ ਕੰਠ ਨੇ ਗੁਰੂ ਜੀ ਦੀ ਮਹਿਮਾ ਉੱਤੇ ਗੀਤ ਪੇਸ਼ ਕੀਤੇ, ਉੱਥੇ ਆਪਣੇ ਵਿਚਾਰਾਂ ਦੇ ਵਿੱਚ ਕਿਹਾ ਕਿ ਜੋ ਮੈਨੂੰ ਮਾਣ ਮਿਲਿਆ ਏ, ਮੈਂ ਕੌਮ ਦੇ ਪ੍ਰਤੀ ਉਸ ਦੇ ਨਾਲ ਆਪਣੇ ਫਰਜ਼ਾਂ ਨੂੰ ਹੋਰ ਵੀ ਜ਼ਿੰਮੇਵਾਰੀ ਦੇ ਨਾਲ ਅਦਾ ਕਰਾਂਗਾ। ਰਾਜਵੀਰ ਇੰਟਰਟੇਨਮੈਂਟ ਵੱਲੋਂ ਵਿਸਾਖੀ ਦੇ ਮੌਕੇ ਉੱਤੇ ਬੁਲਾਏ ਇਹਨਾਂ ਸੁਰੀਲੇ ਕਲਾਕਾਰਾਂ ਦੀ ਗਾਇਕੀ ਨੂੰ ਸਮੂਹ ਪੰਜਾਬੀਆਂ ਵੱਲੋਂ ਰੱਜ ਕੇ ਪਿਆਰ ਦੇਣ ਲਈ ਕਲੇਰ ਕੰਠ ਨੇ ਧੰਨਵਾਦ ਵੀ ਕੀਤਾ। ਤਕਰੀਬਨ 1000 ਤੋਂ ਜ਼ਿਆਦਾ ਸੰਗਤ ਸ਼੍ਰੀ ਫਕੀਰ ਚੰਦ ਮੈਮੀ ਦੇ ਯਤਨਾਂ ਦੇ ਨਾਲ ਕੀਤੇ ਗਏ ਇਸ ਸਮਾਗਮ ਉੱਤੇ ਹਾਜ਼ਰ ਹੋਈ। ਸਭਾ ਦੇ ਵੱਲੋਂ ਕੰਠ ਨੂੰ ਸਿਰੋਪਾ ਦੇ ਕੇ ਨਕਦੀ ਮਾਣ ਵੀ ਦਿੱਤਾ ਗਿਆ, ਜਿਸ ਨੂੰ ਰਵਿਦਾਸੀਆ ਕੌਮ ਦੀਆਂ ਸਮੁੱਚੇ ਬੇ ਏਰੀਆ ਤੋਂ ਪੁੱਜੀਆਂ ਹਸਤੀਆਂ ਵੱਲੋਂ ਬਹੁਤ ਹੀ ਚਾਅ ਦੇ ਨਾਲ ਪ੍ਰਦਾਨ ਕੀਤਾ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਅਭਿਸ਼ੇਕ ਅਤੇ ਦਿਲਬਾਗ ਨੇ ਅਦਾ ਕੀਤੀ। ਸਾਡੇ ਗੁਰੂ ਘਰ ਵਿੱਚ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਕਲੇਰ ਕੰਠ ਜੀ ਆਏ, ਅਸੀਂ ਦੂਰੋਂ ਨੇੜੇ ਆਈਆਂ ਸਾਰੀਆਂ ਸੰਗਤਾਂ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਕਰਦੇ ਹਾਂ। ਪੀਟਰਸਬਰਗ ਕੈਲੀਫੋਰਨੀਆ ਤੋਂ ਐਸ ਅਸ਼ੋਕ ਭੌਰਾ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ ਟੀਵੀ। ਪੰਜਾਬੀ ਗਾਇਕੀ ਤੇ ਸੱਭਿਆਚਾਰ ਨੂੰ ਬਾਹਰਲੇ ਮੁਲਕਾਂ ਵਿੱਚ ਪ੍ਰਫੁੱਲਤ ਕਰਨ ਲਈ ਹਰ ਸਾਲ ਵਿਸਾਖੀ ਤੋਂ ਲੈ ਕੇ ਦੀਵਾਲੀ ਤੱਕ ਪੰਜਾਬੀ ਕਲਾਕਾਰਾਂ ਦੇ ਪ੍ਰੋਗਰਾਮ ਵੱਖ ਵੱਖ ਪ੍ਰਮੋਟਰਾਂ ਵੱਲੋਂ ਉਲੀਕੇ ਜਾਂਦੇ ਨੇ। ਇਸੇ ਤਹਿਤ ਹਾਈਪ ਐਂਟਰਟੇਨਮੈਂਟ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਫੋਕ ਜੰਕਸ਼ਨ ਨਾਂ ਦੇ ਸ਼ੋਅ ਕਰਵਾਏ ਜਾ ਰਹੇ ਨੇ। ਫੋਕ ਜੰਕਸ਼ਨ ਦੇ ਵਿੱਚ ਜਸਵਿੰਦਰ ਬਰਾੜ, ਦੀਪ ਢਿੱਲੋਂ, ਜੈਸਮਿਨ ਜੱਸੀ ਤੇ ਜੱਸੀ ਸੋਹਲ ਵਰਗੇ ਸੱਭਿਆਚਾਰਕ ਗਾਇਕ ਆਪਣੀ ਭਰਵੀਂ ਹਾਜ਼ਰੀ ਲਗਵਾ ਰਹੇ ਨੇ। ਇਸੇ ਲੜੀ ਦੇ ਤਹਿਤ 23 ਮਈ ਨੂੰ ਨਿਊਜਰਸੀ ਦੇ ਵਿੱਚ ਧਮਕ ਪੰਜਾਬ ਦੀ ਭੰਗੜਾ ਗਰੁੱਪ ਦੇ ਬੈਨਰ ਹੇਠ ਫੋਕ ਜੰਕਸ਼ਨ ਦਾ ਇੱਕ ਸ਼ਾਨਦਾਰ ਸ਼ੋਅ ਕਰਵਾਇਆ ਗਿਆ, ਜਿਸ ਵਿੱਚ ਗਾਇਕੀ ਦੇ ਨਾਲ ਨਾਲ ਦਰਸ਼ਕਾਂ ਨੇ ਭੰਗੜੇ ਤੇ ਗਿੱਧੇ ਦਾ ਵੀ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਭੰਗੜੇ ਗਿੱਧੇ ਤੋਂ ਹੋਈ, ਜਿਸ ਦੇ ਵਿੱਚ ਇਲਾਕੇ ਦੇ ਨਾਮੀ ਗਰੁੱਪਾਂ ਨੇ ਢੋਲ ਦੀ ਥਾਪ ਤੇ ਪੰਜਾਬੀ ਲੋਕ ਨਾਚਾਂ ਦਾ ਇੱਕ ਵਧੀਆ ਨਮੂਨਾ ਪੇਸ਼ ਕੀਤਾ ਤੇ ਸਭ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ। ਭੰਗੜਾ ਕਲਹਿਰੀ ਮੋਰੇ ਲੱਗਦੇ ਸਿਰਾਂ ਦੇ ਚੀਰੇ ਸੱਤ ਰੰਗ ਦੇ ਬੱਲੀਏ ਤੂੰ
ਭੰਗੜੇ ਗਿੱਧੇ ਤੋਂ ਬਾਅਦ ਪੰਜਾਬੀ ਗਾਇਕੀ ਦਾ ਅਖਾੜਾ ਲਗਾਇਆ ਗਿਆ, ਜਿਸ ਵਿੱਚ ਪੰਜਾਬ ਤੋਂ ਆਏ ਕਲਾਕਾਰਾਂ ਦੇ ਗੁਲਦਸਤੇ ਚੋਂ ਗਿੱਲ ਪ੍ਰਦੀਪ ਨੇ ਦੀਪ ਢਿੱਲੋਂ ਤੇ ਜੈਸਮਿਨ ਜੱਸੀ ਨੂੰ ਜਦ ਸਟੇਜ ਉੱਤੇ ਪੇਸ਼ ਕੀਤਾ ਤਾਂ ਦਰਸ਼ਕ ਅਸ਼ ਕਰ ਉੱਠੇ। ਤੁਹਾਡੇ ਸਾਹਮਣੇ ਪੇਸ਼ ਕਰਨ ਲੱਗਿਆ ਪੰਜਾਬ ਦੀ ਉਹ ਦੁਗਾਣਾ ਜੋੜੀ, ਉਹ ਹਿੱਟ ਜੋੜੀ ਜਿਹੜਾ ਕਹਿੰਦਾ ਹੈ ਵੀ ਭੱਜ ਕੇ ਹਟਾਈ ਮੱਖਣਾ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ। ਰੇਡਰ ਗਾਣੇ ਦੇ ਨਾਲ ਕਬੱਡੀ ਦੀ ਗੱਲ ਕੀਤੀ ਹੈ, ਕਿੰਨੇ ਵਜੇ ਹਾਜ਼ਰੀ ਲਵਾਵਾਂ ਤੇਰੇ ਕੋਲੇ ਚੰਨਾ ਦੱਸ ਤਾਂ ਸਹੀ। ਔਰ ਜਿਹਨੇ ਬਜ਼ੁਰਗਾਂ ਦੀ ਗੱਲ ਕੀਤੀ ਆ ਵੀ ਕਿਸਮਤ ਦੇ ਨਾਲ ਮਿਲਦਾ ਕਮਲੀਏ ਪਿਆਰ ਬਜ਼ੁਰਗਾਂ ਦਾ, ਤੁਹਾਡੀਆਂ ਜ਼ੋਰਦਾਰ ਤਾੜੀਆਂ ਦੇ ਵਿੱਚ ਸੇ ਤੇ ਮੈਂ ਸੱਦਾ ਦੇਣ ਜਾ ਰਿਹਾ ਦੀਪ ਢਿੱਲੋਂ ਜੈਸਮੀਨ ਜੱਸੀ। ਇਸ ਡਿਊਟ ਜੋੜੀ ਨੇ ਆਪਣੇ ਹਿੱਟ ਤੋਂ ਗਾਣੇ ਗਾ ਕੇ ਆਪਣੀ ਹਾਜ਼ਰੀ ਲਗਵਾਈ ਅਤੇ ਪੰਜਾਬੀ ਗਾਇਕੀ ਦਾ ਅਨਿੱਖੜਵਾਂ ਅੰਗ ਦੁਗਾਣਾ ਗਾਇਕੀ ਨੂੰ ਲੋਕਾਂ ਦੇ ਰੂਬਰੂ ਕੀਤਾ। ਇਸ ਡਿਊਟ ਗਾਇਕੀ ਤੋਂ ਬਾਅਦ ਮਾਹੌਲ ਨੂੰ ਬਿਲਕੁਲ ਫੋਕ ਟੱਚ ਦਿੱਤਾ ਗਿਆ ਅਤੇ ਸਟੇਜ 'ਤੇ ਆਪਣੀ ਦਮਦਾਰ ਆਵਾਜ਼ ਦਾ ਸਬੂਤ ਦਿੱਤਾ ਮਾਣਮਤੀ ਪੰਜਾਬਣ ਜਸਵਿੰਦਰ ਬਰਾੜ ਨੇ। ਜਸਵਿੰਦਰ ਬਰਾੜ ਦੀ ਧਮਾਕੇਦਾਰ ਫੋਕ ਪਰਫਾਰਮੈਂਸ ਤੋਂ ਬਾਅਦ ਭੰਗੜੇ ਵਾਲੇ ਗੀਤਾਂ ਕਰਕੇ ਜਾਣੇ ਜਾਂਦੇ ਨੌਜਵਾਨ ਗਾਇਕ ਜੱਸੀ ਸੋਹਲ ਨੇ ਵੀ ਆਪਣੇ ਹਿੱਟ ਗੀਤਾਂ ਰਾਹੀਂ ਚੰਗਾ ਰੰਗ ਬੰਨਿਆ। ਮੰਚ ਸੰਚਾਲਕਾਂ ਦੀ ਜ਼ਿੰਮੇਵਾਰੀ ਸ਼ੈਰੀ ਦੱਤਾ ਨੇ ਬਾਖੂਬੀ ਅਦਾ ਕੀਤੀ। ਇਸ ਮੇਲੇ ਨੂੰ ਕਾਮਯਾਬ ਕਰਨ ਦੇ ਵਿੱਚ DPD ਦੇ ਸਾਰੇ ਮੈਂਬਰਾਂ ਦੇ ਨਾਲ ਨਾਲ ਓਂਕਾਰ ਸਿੰਘ ਤੇ ਸੁੱਖੀ ਸਿੱਧੂ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮ ਦੌਰਾਨ ਸਾਰੇ ਕਲਾਕਾਰਾਂ ਦਾ ਤੇ ਸਪੌਂਸਰਸ ਦਾ ਸਨਮਾਨ ਵੀ ਕੀਤਾ ਗਿਆ। ਅੱਜ ਅਸੀਂ ਹੈਗੇ ਹਾਂ ਜੀ ਨਿਊ ਜਰਸੀ ਦੇ ਵਿੱਚ ਔਰ ਸਾਡਾ ਅੱਜ ਦਾ ਸ਼ੋਅ ਹਾਈਪ ਐਂਟਰਟੇਨਮੈਂਟ ਔਰ ਧਮਕ ਪੰਜਾਬ ਦੀ ਵੱਲੋਂ ਕਰਵਾਇਆ ਗਿਆ ਸੀ। ਬਹੁਤ ਅੱਛਾ ਭੰਗੜਾ ਗਰੁੱਪ ਸੀ, ਬੜਾ ਅੱਛਾ ਰਿਸਪੌਂਸ ਮਿਲਿਆ, ਬੜੀਆਂ ਟੀਮਾਂ ਨੇ ਇੱਥੇ ਪਰਫੋਰਮ ਕੀਤਾ। ਸਾਰਿਆਂ ਨੇ ਮੇਰੇ ਨਾਲ ਜਸਵਿੰਦਰ ਬਰਾੜ ਜੀ, ਜੱਸੀ ਸੋਹਲ ਜੀ ਔਰ ਪੂਰੇ ਭੰਗੜਾ ਨੇ ਇੰਜੋਏ ਕੀਤਾ। ਔਰ 31 ਤਰੀਕ ਨੂੰ ਮਿਲਦੇ ਹਾਂ ਨਿਊਯਾਰਕ ਦੇ ਵਿੱਚ। ਬਹੁਤ ਸ਼ਾਨਦਾਰ ਪ੍ਰੋਗਰਾਮ ਰਿਹਾ, ਗਿੱਧਾ ਭੰਗੜਾ ਕਲਾਕਾਰਾਂ ਨੇ ਖੂਬ ਇੰਜੋਏ ਕੀਤਾ, ਪੂਰੀਆਂ ਫੈਮਿਲੀਆਂ ਨੇ ਇੰਜੋਏ ਕੀਤਾ। ਅਤੇ ਹੁਣ ਅਸੀਂ ਬੇਨਤੀ ਕਰਦੇ ਹਾਂ ਜੀ YMCA ਦੇ ਅੰਦਰ 31 ਤਰੀਕ ਨੂੰ ਨਿਊਯਾਰਕ ਦੇ ਅੰਦਰ ਸ਼ੋਅ ਹੋ ਰਿਹਾ, ਜੋ 3 ਵਜੇ ਮੇਰਾ ਖਿਆਲ ਸਟਾਰਟ ਹੋ ਜਾਣਾ। ਤੁਸੀਂ ਪੂਰੀਆਂ ਫੈਮਿਲੀਆਂ ਦੇ ਨਾਲ ਭਰਪੂਰ ਇਕੱਠ ਦੇ ਨਾਲ ਅਤੇ ਪੂਰੇ ਪਿਆਰ ਦੇ ਨਾਲ ਆਉਣਾ। ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ। ਇੱਕ ਜੋ ਟ੍ਰੈਂਡ ਸੈੱਟ ਅਸੀਂ ਕਰਨਾ ਚਾਹੁੰਦੇ ਸੀ ਸ਼ੁਰੂ ਤੋਂ, ਸਾਡਾ ਸੀਗਾ ਕਿ ਅਸੀਂ ਇੱਕ ਫੈਮਿਲੀ ਸ਼ੋਅ ਕਰਵਾਉਣਾ ਚਾਹੁੰਦੇ ਹਾਂ, ਤਾਂ ਇਹ ਇੱਕ ਬਹੁਤ ਵਧੀਆ ਫੈਮਿਲੀ ਸ਼ੋਅ ਹੋਇਆ ਆ, ਜੋ ਕਿ ਬਹੁਤ ਭਰਵਾਂ ਰਿਸਪੌਂਸ ਸਾਨੂੰ ਪਿਊਰੀ ਨਿਊਜਰਸੀ ਨਿਊਯਾਰਕ ਦੀਆਂ ਫੈਮਿਲੀਜ਼ ਵੱਲੋਂ ਮਿਲਿਆ। ਨਿਊਜਰਸੀ ਤੋਂ ਗਿੱਲ ਪ੍ਰਦੀਪ ਦੇ ਨਾਲ ਬਿੰਦਰਪਾਲ, ਗਲੋਬਲ ਪੰਜਾਬ TV। 30 ਮਿੰਟ ਦੇ ਇਸ ਪ੍ਰੋਗਰਾਮ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਪੁਨੀਤ ਕੌਰ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਗਲੋਬਲ ਪੰਜਾਬ TV।